ਬਲਦੇਵ ਸਿੰਘ ਦੀ ਕਹਾਣੀ ਕੌਡੀਆਂ ਦੇ ਮੁੱਲ 1980ਵੇਂ ਬਰੇ ਦੀ ਘਟਨਾ ਹੈ ਅਪ੍ਰੈਲ ਮਹੀਨੇ ਦੀ ਇੱਕ ਭਿਆਨਕ ਰਾਤ ਸੀ ਸਾਰੀ ਰਾਤ ਉਹਦੀ ਲਾਸ਼ ਤੇ ਸਹਰਾਣੇ ਅਸੀਂ ਬੈਠੇ ਰਹੇ ਮਾਪਿਆਂ ਦਾ ਇੱਕੋ ਇੱਕ ਪੁੱਤਰ ਜਦੋਂ ਉਹਨਾਂ ਉਹਨੂੰ ਮੇਰੇ ਨਾਲ ਤੋੜਿਆ ਸੀ ਉਹਨਾਂ ਦੀ ਹਾਲਤ ਪਾਗਲਾਂ ਵਰਗੀ ਸੀ ਜਿਵੇਂ ਕੋਈ ਆਪਣਾ ਅੰਗ ਤੋੜ ਕੇ ਦੂਜੇ ਨੂੰ ਫੜਾ ਰਿਹਾ ਹੋਵੇ ਜ਼ਮੀਨ ਤਾਂ ਹੱਥਾਂ ਦੀਆਂ ਉਂਗਲਾਂ ਨਾਲ ਵਾਹਣ ਜੋਗੀ ਸੀ ਇੰਨੀ ਕ ਖੇਤੀ ਤਾਂ ਇਕੱਲਾ ਉਹਦਾ ਪਿਓ ਕਰ ਸਕਦਾ ਦੋਹਾਂ ਨੂੰ ਤਾਂ ਜ਼ਮੀਨ 'ਚ ਖੜਨ ਨੂੰ ਜਗ੍ਹਾ ਨਹੀਂ ਮਿਲੇਗੀ। ਮੁੰਡੇ ਨੂੰ ਜੇ ਬਾਹਰ ਭੇਜ ਦਈਏ ਸ਼ਾਇਦ ਵਰੇਆਂ ਦੀ ਰੁੱਸੀ ਖੁਸ਼ਕਿਸਮਤੀ ਦਰੀ ਮੁੜਾਏ ਤੇ ਉਹਨਾਂ ਪੁੱਤਰ ਨੂੰ ਮਨ ਉੱਪਰ ਪੱਥਰ ਰੱਖ ਕੇ ਅੱਖਾਂ ਤੋਂ ਦੂਰ ਭੇਜ ਦਿੱਤਾ। ਕਲਕੱਤੇ ਆਇਆ ਉਹਨੂੰ ਕੁਝ ਵੀ ਨਹੀਂ ਹੋਏ ਸਨ। ਉਸ ਰਾਤ ਅਸੀਂ ਬਿਹਾਰ ਦੇ ਇੱਕ ਪਿੰਡ ਹਰਗਾਮ ਕੋਲ ਦੀ ਲੰਘ ਰਹੇ ਸੀ। ਰਾਤ ਅੱਧਿਓਂ ਵੱਧ ਲੰਘ ਚੁੱਕੀ ਸੀ। ਜੀਟੀ ਰੋਡ ਦੇ ਇੱਕ ਹੋਟਲ ਤੇ ਅਸੀਂ ਚਾਹ ਪੀਣ ਲਈ ਰੁਕੇ। ਉਹਨੇ ਗੱਡੀ ਠੰਡੀ ਹੋਣ ਲਈ ਉਹਦਾ ਬਰਨਰ ਚੁੱਕ ਦਿੱਤਾ। ਟਾਇਰ ਠੋਕ ਕੇ ਵੇਖੇ ਟਾਇਰ ਦੀਆਂ ਗੋਟੀਆਂ 'ਚ ਫਸੀਆਂ ਗਿੱਟੀਆਂ ਕੱਢੀਆਂ ਜਿਹਦੇ ਚਲਦਿਆਂ ਰੋਟੀ ਮਿਲਦੀ ਐ ਉਹਦੀ ਦੇਖਰੇਖ ਸਾਡੇ ਕਿਤੇ ਦਾ ਪਹਿਲਾ ਸਬਕ ਐ ਇੰਨੇ 'ਚ ਚਾਹ ਆ ਗਈ ਹੋਟਲਾਂ ਦੇ ਨੌਕਰਾਂ ਨੂੰ ਟੀਚਰਾਂ ਕਰਦਾ ਉਹ ਗੱਡੀ 'ਚ ਪਾਣੀ ਪਾਉਣ ਲੱਗਾ ਫਿਰ ਉਹ ਮੇਰੇ ਕੋਲ ਮੇਰੇ ਬੈਠੇ ਕੋਲ ਆ ਕੇ ਫਿਕਰ ਨਾਲ ਬੋਲਿਆ ਐਂ ਬੈਠਾ ਐ ਕਿਵੇਂ ਸਰੂ ਬਾਈ ਕੱਲ ਨੂੰ ਖਾਲੀ ਨਹੀਂ ਹੋਣੀ ਖਿੱਚ ਬੱਕੀ ਨੂੰ ਫਿਰ ਉਹ ਟਾਇਰਾਂ ਤੇ ਹੱਥ ਮਾਰਨ ਲੱਗ ਪਿਆ ਤੇ ਮੂਰਲੇ ਮਡਗਾਰਡ ਨੂੰ ਆ ਕੇ ਥਾਪੀਆਂ ਦੇਣ ਲੱਗਾ ਚੱਲ ਰಾಣੀਏ ਉਹ ਇਸ ਤਰ੍ਹਾਂ ਹੀ ਗੱਡੀ ਨਾਲ ਗੱਲਾਂ ਕਰਦਾ ਰਹਿੰਦਾ ਸੀ ਜਿਵੇਂ ਉਹ ਹੱਡ ਮਾਸਤੀ ਹੋਵੇ ਅਜੇ ਮੈਂ ਗੱਡੀ ਤੋਰੀ ਨਹੀਂ ਸੀ ਸਟਾਰਟ ਕਰ ਲਈ ਖਿੜਕੀ ਚ ਅੱਧਾ ਬਾਹਰ ਅੱਧਾ ਅੰਦਰ ਸੀ ਉਦੋਂ ਹੀ ਪਿੱਛੋਂ ਇੱਕ ਤੇਜ਼ ਆਉਂਦੇ ਟਰੱਕ ਦੇ ਡਰਾਈਵਰ ਨੇ ਸ਼ਾਇਦ ਇਹ ਸੋਚਿਆ ਹੋਵੇ ਗੱਡੀ ਤੁਰ ਪਈ ਹੈ ਜਾਂ ਸੋਚਦਾ ਹੋਵੇ ਉਹਦੇ ਉੱਥੋਂ ਤੱਕ ਪਹੁੰਚਣ ਤੇ ਗੱਡੀ ਸੜਕ ਵਿੱਚ ਘਾਰ ਆ ਜਾਏਗੀ ਤੇ ਉਹ ਆਸਾਨੀ ਨਾਲ ਖੱਬੇ ਪਾਸੇ ਦੀ ਬਿਨਾ ਗੇਅਰ ਬਦਲੇ ਨਿਕਲ ਜਾਏਗਾ ਉਨੇ ਵੀ ਕਾਲੀ ਨਾ ਲੱਗੇ ਲੰਗਣਾ ਚਾਇਆ ਹੋਵੇਗਾ ਜਾਂ ਹੋ ਸਕਦਾ ਉਹ ਸੁੱਤਾ ਹੀ ਆਉਂਦਾ ਹੋਵੇ ਤੇ ਪਾਣਾ ਵਰਤ ਗਿਆ ਉਹ ਟਰੱਕ ਰੁਕਿਆ ਨਹੀਂ ਆਪਣੇ ਪਿੱਛੇ ਇੱਕ ਭਿਆਨਕ ਕੁਰਲਾ ਹੱਟ ਛੱਡ ਗਿਆ ਉਸ ਤੋਂ ਬਾਅਦ ਦਾ ਦ੍ਰਿਸ਼ ਤਾਂ ਨਾ ਚੇਤੇ ਕਰਨ ਨੂੰ ਜੀ ਕਰਦਾ ਨਾ ਲਿਖਿਆ ਹੀ ਬਣਦਾ ਹੋਟਲ ਦੇ ਅੱਦੇ ਨੌਕਰ ਤੇ ਮਾਲਕ ਡਰਦੇ ਭੱਜ ਗਏ ਮਾਪਿਆਂ ਦਾ ਇੱਕੋ ਇੱਕ ਪੁੱਤਰ ਜੀ ਦੇ ਸਹਾਰੇ ਉਹ ਗਰੀਬੀ ਧੋਣ ਦੀਆਂ ਆਸਾਂ ਲਈ ਬੈਠੇ ਸੀ ਜਿਹੜਾ ਹੁਣੇ ਹੋਟਲ ਦੇ ਨੌਕਰਾਂ ਨਾਲ ਟਿਚਰੋ ਟਿਚਰੀ ਹੋ ਰਿਹਾ ਸੀ ਹੁਣੇ ਤਾਂ ਸਾਡੇ ਕੋਲ ਸੀ ਪਰ ਹੁਣੇ ਸਾਡੇ ਕੋਲ ਨਹੀਂ ਹੈ ਦਿਮਾਗ ਕੰਮ ਕਰਨੋਂ ਜਵਾਬ ਦੇ ਰਿਹਾ ਲੱਗਦਾ ਸੀ ਕੁਛ ਨਹੀਂ ਸੀ ਸੋਝ ਰਿਹਾ ਉਹਨੂੰ ਦੇਖ ਕੇ ਡਰ ਆਉਂਦਾ ਸੀ ਕਿਸੇ ਕੱਪੜੇ ਨਾਲ ਉਹਨੂੰ ਟਕਿਆ ਪੁਲਿਸ ਨੂੰ ਇਤਲਾਹ ਦੇਣੀ ਬਣਦੀ ਸੀ ਇਹ ਸਰਕਾਰੀ ਕਾਰਵਾਈ ਵੀ ਪੂਰੀ ਕਰਨੀ ਪੈਂਦੀ ਹੈ ਜਦੋਂ ਅਜਿਹੇ ਹਾਦਸਿਆਂ ਵਿੱਚੋਂ ਦੀ ਗੁਜ਼ਰੀਦਾ ਹੈ ਪਤਾ ਲੱਗਦਾ ਹੈ ਮਨੁੱਖ ਨੂੰ ਕਿੰਨਾ ਸਹਿੰਦੜ ਹੋਣਾ ਪੈਂਦਾ ਹੈ ਥਾਣੇ ਵਾਲੇ ਮੈਨੂੰ ਵੇਖ ਕੇ ਉਹ ਖੁਸ਼ ਹੋ ਗਏ ਜਿਵੇਂ ਮੈਂ ਉਹਨਾਂ ਨੂੰ ਸ਼ਾਦੀ ਦਾ ਨਿਮੰਤਰਣ ਦੇਣ ਗਿਆ ਹੋਵਾਂ ਖੈਰੇ ਉਹਨਾਂ ਦੇ ਵਾਸਤਾ ਰੋਕ ਰਿਹਾ ਉਹਨਾਂ ਕਿਹਾ ਸੜਕਾਂ ਤੇ ਤਾਂ ਸੈਂਕੜੇ ਮਰਦੇ ਆ ਜੇ ਅਸੀਂ ਤੁਹਾਡੇ ਨਾਲ ਰੋਣ ਲੱਗੇ ਤਾਂ ਸਰਕਾਰੀ ਕੰਮ ਕਿਵੇਂ ਹੋਣ ਕੱਲ ਆਉਣ ਦਾ ਵਾਅਦਾ ਲੈ ਕੇ ਮੁੜ ਆਇਆ ਬਾਕੀ ਰਹੀਂਦੀ ਰਾਤ ਅਸੀਂ ਇੱਕ ਪੁਰਾਣਾ ਟਾਇਰ ਵਾਲ ਕੇ লাশ ਦੇ ਸਹਰਾਣੇ ਬੈਠੇ ਰਹੇ ਸੜਕ ਉੱਪਰੋਂ ਲੰਘਦੀ ਕੋਈ ਗੱਡੀ ਰੁਕਦੀ ਕੋਈ ਜ਼ਰਕ ਬ੍ਰੇਕਾਂ ਤੇ ਪੈਰ ਰੱਖ ਕੇ ਅੱਗੇ ਵੱਧ ਜਾਂਦੀ ਕੋਈ ਜਾਣ ਪਛਾਣ ਵਾਲਾ ਆਉਂਦਾ ਇੱਕ ਦੋ ਰਸਮੀ ਗੱਲਾਂ ਕਿਵੇਂ ਹੋਇਆ ਕਦੋਂ ਹੋਇਆ ਤੇ ਫਿਰ ਮਾਲ ਖਾਲੀ ਕਰਨ ਦਾ ਬਹਾਨਾ ਲਾ ਕੇ ਤੁਰ ਜਾਂਦਾ ਅਸੀਂ ਗੱਡੀਆਂ ਵਾਲੇ ਸਾਰੇ ਕੁਝ-ਕੁਝ ਇਸ ਤਰ੍ਹਾਂ ਦੇ ਹੋ ਜਾਂਦੇ ਆ ਜਿਵੇਂ ਜੰਗ 'ਚ ਮਰੇ ਸਿਪਾਹੀ ਕੋਲ ਫੌਜਾਂ ਨਹੀਂ ਰੁਕਦੀਆਂ ਓਵੇਂ ਸੜਕਾਂ ਉੱਪਰ ਹੋਏ ਹਾਦਸਿਆਂ ਦਾ ਰਸਮੀ ਅਫਸੋਸ ਧਿਆ ਕਰਦੇ ਆਂ ਜਿੰਨਾ ਕਚਰ ਸਭ ਕੁਝ ਸਾਹਮਣੇ ਐ ਉਸ ਤੋਂ ਬਾਅਦ ਗੱਡੀਆਂ ਇੱਕ ਮੇਲ ਵੀ ਨਹੀਂ ਜਾਂਦੀਆਂ ਹੋਣੀਆਂ ਕਿ ਟੇਪ ਰਿਕਾਰਡਰ ਫੁੱਲ ਆਵਾਜ਼ 'ਚ ਲਗਾ ਦਿੰਦੇ ਆਂ ਇਹਦਾ ਇੱਕ ਮਨੋਵਿਗਿਆਨਕ ਪੱਖ ਵੀ ਐ ਅਜਿਹੇ ਹਾਦਸਿਆਂ ਤੋਂ ਘਬਰਾ ਕੇ ਅਸੀਂ ਮਨ ਨੂੰ ਹੋਰ ਪਾਸੇ ਉਲਝਾਣਾ ਚਾਹੁੰਦੇ ਆਂ ਜੇ ਹਰ ਸਮੇਂ ਮਰਨ ਦਾ ਡਰ ਹੀ ਅੰਦਰ ਸਮਾਇਆ ਰਹੀਂ ਤਾਂ ਕੰਮ ਕੀ ਖਾਕ ਹੋਏਗਾ ਤੇ ਅਸੀਂ ਉਹਨੂੰ ਉਸ ਨਾਖੁਸ਼ਗੁਵਾਰ ਮਾਹੌਲ ਨੂੰ ਭੁੱਲ ਜਾਣਾ ਚਾਹੁੰਦੇ ਆਂ ਅਗਲੇ ਦਿਨ 2.5 ਵਜੇ ਪੁਲਿਸ ਆਈ ਸੜਕ ਦੇ ਕਿਨਾਰੇ ਪਈ লাশ ਗਰਮੀ ਨਾਲ ਝੁੱਲਸ ਗਈ ਸੀ ਜੀਵ ਬਾਹਰ ਲਮਕਾਈ ਸੀ ਕੋਈ ਪੁਲਿਸ ਵਾਲਾ ਨੂੰ ਹੱਥ ਨਹੀਂ ਸੀ ਲਾਉਣਾ ਚਾਹੁੰਦਾ ਅਗਲੇ 2 ਦਿਨ ਰਾਂਚੀ ਦੇ ਸਰਕਾਰੀ ਹਸਪਤਾਲ ਚ ਉਹਦਾ ਸਰੀਰ ਰੁਲਦਾ ਰਿਹਾ ਡਾਕਟਰਾਂ ਦਾ ਦਾ ਵਤੀਰਾ ਹਸਪਤਾਲ ਦੇ ਹਰ ਕਰਮਚਾਰੀ ਦਾ ਪੈਸੇ ਵਟੋਰਨ ਦਾ ਰਵਈਆ ਪੁਲਿਸ ਵਾਲਿਆਂ ਦੀ ਮੱਕਾਰੀ ਵੇਖ ਕੇ ਤਾਂ ਇਨਸਾਨੀਅਤ ਵਰਗੇ ਕਿਸੇ ਵੀ ਸ਼ਬਦ ਦੇ ਵਿਸ਼ਵਾਸ ਕਰਨ ਨੂੰ ਜੀ ਨਹੀਂ ਕਰਦਾ ਇਹ ਅੱਡੇ ਮਨੁੱਖੀ ਸੇਵਾ ਲਈ ਨਹੀਂ ਕਾਰੋਬਾਰ ਲਈ ਬਣ ਗਏ ਹਨ ਇੱਥੇ ਇੱਕ ਫਾਰਮੂਲਾ ਕੰਮ ਕਰਦਾ ਹੈ ਜੇ ਤੁਸੀਂ ਸਾਡੇ ਆਓ ਤਾਂ ਕੀ ਲੈ ਕੇ ਆਓਗੇ ਜੇ ਅਸੀਂ ਤੁਹਾਡੇ ਜਾਈਏ ਤਾਂ ਕੀ ਦਿਓਗੇ ਰੱਜੀ ਹੀ ਇੱਕ ਨਦੀ ਕੰਢੇ ਉਹਦਾ ਸਸਕ ਸਸਕਾਰ ਕਰਨਾ ਪਿਆ লাশ ਪਿੰਡ ਲੈ ਜਾਣ ਵਾਲੀ ਨਹੀਂ ਸੀ ਰਹੀ ਪਿੰਡ ਤਾਰਤਾਂ ਦੇਤੀ ਸੀ ਉਹਨਾਂ ਦੇ ਮਾਪਿਓ ਕੋਲ ਵੀ ਜਾਣਾ ਬਣਦਾ ਸੀ ਪਤਾ ਨਹੀਂ ਕਿਉਂ ਮੇਰੇ ਅੰਦਰ ਇੱਕ ਅਜੀਬ ਅਹਿਸਾਸ ਸੀ ਕਿ ਮੈਂ ਉਹਦੇ ਮਾਪਿਓ ਦਾ ਸਾਹਮਣਾ ਨਹੀਂ ਕਰ ਸਕਾਂਗਾ ਹੁਣ ਵੀ ਨਹੀਂ ਕਰ ਸਕਦਾ ਜਿਵੇਂ ਮੈਂ ਦੋਸ਼ੀ ਹਵਾਂ ਪਿੰਡ ਗਿਆ ਉਹ ਮਾਂ ਜਦੋਂ ਮੈਂ ਜਿਉਂਦੀ ਸਹੀ ਸਲਾਮਤ ਵੇਖੀ ਸੋਚਿਆ ਕੋਈ ਬੰਦਾ ਕਿਸੇ ਵੀ ਬਿਨਾ ਜਿਉਂਦਾ ਰਹਿ ਸਕਦਾ ਮੈਨੂੰ ਚਿੰਬੜ ਕੇ ਰੋਣ ਲੱਗੀ ਬਸ ਇੰਨਾ ਹੀ ਐ ਨਾਲ ਨਹੀਂ ਮਰਿਆ ਜਾਂਦਾ ਅਣਗੁਆਣ ਦੀਆਂ ਔਰਤਾਂ ਵੀ ਆ ਗਈਆਂ ਉਹਨੂੰ ਦੰਦਲਾਂ ਪੈ ਗਈਆਂ ਔਰਤਾਂ ਨੇ ਸੰਭਿਆ ਸਮਝਾਇਆ ਫਿਰ ਹੌਲੀ-ਹੌਲੀ ਮੈਥੋਂ ਨਾ ਸਾਰਾ ਹਾਦਸਾ ਸੁਣਿਆ ਨੀਂਦ ਛੁਣ ਵੀ ਕਈ ਵਾਰ ਸੜਕ ਕੰਡੇ ਦਾ ਉਹ ਪਿਆਨਕ ਦ੍ਰਿਸ਼ ਦਿਸਦਾ ਹੈ ਕਦੇ ਕਦੇ ਉਹਦੀ ਮਾਂ ਦੇ ਵੈਣ ਸੁਣਦੇ ਐ ਤੇ ਅਬੜਵਾਇਆ ਉੱਠ ਪੈਣਾ ਤੇ ਬਾਕੀ ਰਹਿੰਦੀ ਰਾਤ ਉਸਲਵੱਟੇ ਬਣ ਜਾਂਦੀ ਐ ਧੰਨਵਾਦ